ਐਵੇਂ ਹਿਸਾਬ ਲਾ ਕੇ ਵੇਖ ਲਓ ਕੀ ਵੇਖ ਲਓ ਹਿਸਾਬ ਲਾ ਕੇ ਕੰਮੇ ਰੰਗ ਚੁੱਕ ਕੇ ਲੈ ਆਉਣਗੇ ਪੇੜ ਛੱਡ ਦੇ ਮਾਰੇ ਲੱਖਾਂ ਮਾਰੇ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੇ ਠੀਕ ਠਾਕ ਹੋਵੋਗੇ ਸਾਰੇ ਵਲੌਗਾਂ ਦੇ ਨਾਲ ਦੇ ਘਰ ਦੇ ਕੰਮ ਜਲਦੀ ਜਲਦੀ ਚੱਲੇ ਜਿੱਦਾਂ ਮਿਸਤਰੀ ਸਾਹਿਬ ਇਹ ਥੱਲੋ ਥੱਲੋ ਰੰਗ ਉੱਡਿਆ ਹੋਇਆ ਸੀ ਸਾਰਾ ਕਰ ਰਹੇ ਨੇ ਪੇਂਟ ਪੂੰਟ ਦੇ ਹਾਏ ਮਿਸਤਰੀ ਸਾਹਿਬ ਹਾਏ ਹੈਲੋ ਓਕੇ ਡਨ ਸੋ ਇਸੇ ਤਰ੍ਹਾਂ ਜਿੱਦਾਂ ਕੋਈ ਪੈਪ ਲਈ ਆਉਂਦਾ ਕੋਈ ਕੁਛ ਲਈ ਆਉਂਦਾ ਦਿਨ ਜਾਂਦੇ ਛੂਕਦੇ ਸੋ ਅੱਜ ਦਾ ਦਿਨ ਸਪੈਸ਼ਲ ਮੋਟੇ ਦੀ ਸ਼ੇਰਵਾਨੀ ਕੋਟ ਪੈਂਟ ਜਿਹੜੀ ਪੈਂਟ ਸ਼ਰਟ ਕੁੜਤਾ ਪਜਾਮਾ ਸਾਰੇ ਦਾ ਮੇਚਾ ਦੇ ਕੇ ਆਉਣਾ ਆ ਸੋ ਜਿੱਥੇ ਆਪਾਂ ਅੱਗੇ ਬਣਾਉਂਦੇ ਹਾਂ ਉੱਥੇ ਜਾਣਾ ਆ ਜਿੱਦਾਂ ਮੇਰੇ ਪਾਇਆ ਹੋਇਆ ਬਲੂ ਸਟਾਰ ਦਾ ਇਹਨਾਂ ਕੋਲ ਹੀ ਜਾਣਾ ਆ ਆਪਾਂ ਹਰ ਵਾਰੀ ਕਿਉਂਕਿ ਇਹਨਾਂ ਦੀ ਫਿਟਿੰਗ ਇੱਕ ਨੰਬਰ ਆ ਤੁਹਾਨੂੰ ਮਾਹੌਲ ਪਤਾ ਲੱਗ ਹੀ ਜਾਣਾ ਵਾ ਸੋ ਬਾਕੀ ਜਿੱਦਾਂ ਕਿ ਸਾਰੀਆਂ ਤਿਆਰੀਆਂ ਦੇ ਨਾਲ 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 ਆ ਐਲਬਮ ਵੀ ਆਈ ਆ ਐਚ ਸਰ ਮੈਕਾ ਵਿਖਾਈ ਰਸੋਈ ਚ ਕਿਹੜਾ ਲੱਗਣਾ ਹੈਗਾ ਸੋ ਇਸ਼ੂ ਚੱਲਦੇ ਆ ਚੱਲ ਉਹੀ ਕੰਮ ਕਰਕੇ ਆਉਣੇ ਤੁਸੀਂ ਤੇ ਵੇਖ ਲਿਓ ਹਿਸਾਬ ਲਾ ਕੇ ਐਵੇਂ ਹਿਸਾਬ ਲਾ ਕੇ ਵੇਖ ਲਓ ਕੀ ਵੇਖ ਲਿਓ ਹਿਸਾਬ ਲਾ ਕੇ ਕੋਈ ਚੱਕਰ ਨੀ ਵਧੀਆ ਕਰਤੂਤ ਕਰਕੇ ਆਉਂਗੇ ਘਾਟਾ ਵਾਧਾ ਕਰ ਸਕਦੇ ਤੁਸੀਂ ਵੀ ਦੱਸ ਦਿਓ ਆਹ ਚੀਜ਼ ਕਰਾ ਲਿਓ ਆਪਾਂ ਬਦਲਾ ਵੀ ਸਕਦੇ ਜੇ ਆਪਣੇ ਕੋਲ ਟਾਈਮ ਹੈਗਾ ਆ ਫਿਰ ਵੀ ਚਲੋ ਸਾਰੇ ਵੀਰਾਂ ਭਰਾਵਾਂ ਦੇ ਸੰਯੋਗ ਨਾਲ ਹੀ ਆ ਕਿਉਂਕਿ ਪਿੰਡ 'ਚ ਤਾਂ ਆਪਣੀ ਬਣਦੀ ਬੁਣਦੀ ਨਹੀਂ ਐਡੀ ਲਓ ਮੇਰੇ ਵੀਰੋ ਇੱਥੋਂ ਜਦੋਂ ਮੁੜੀਦਾ ਤੇ ਆ ਗਏ ਮੇਰੇ ਵੀਰੋ ਬਲੂ ਸਟਾਰ ਲਾਲ ਰੰਗ ਦੀ ਮਰੂਤੀ ਬਾਹਰ ਖਲਾਰੀ ਵੇਖ ਲਾਲ ਰੰਗ ਦੀ ਚਾਚੇ ਜਰਨੈਲ ਦੀ ਗੈਰੀ ਰੰਗ ਦੀ ਉਹ ਸ਼ੇਰਵਾਨੀ ਪਈ ਉਹੀ ਪਵਾ ਦਈਏ ਤੈਨੂੰ ਯੈਸ ਉਹੀ ਪਵਾ ਦਈਏ ਸ਼ਿਕੇ ਨੇ ਚੱਲੇ ਕਰ ਛੱਡੇ ਸੋਣੀਆਂ ਵੈਰਾਇਟੀ ਵਾਧੂ ਮੈਂ ਤੁਹਾਨੂੰ ਇੱਕ ਲਹਿੰਗਾ ਵਿਖਾਉਣਾ ਇੱਕ ਮਿੰਟ ਉਹ ਵੀ ਸ਼ੇਰਵਾਨੀ ਸਿਲੈਕਟ ਕਰਕੇ ਭਾਜੀ ਹੋਣੀ ਥੱਲੇ ਲੈ ਆਏ ਹੁਣ ਤੇ ਇੱਥੇ ਹੁਣ ਕਰ ਲੱਗੇ ਆਪਾਂ ਕੋਟ ਪੈਂਟ ਸਿਲੈਕਟ ਥੱਲੇ ਵਾਲਾ ਘੈਂਟ ਲੱਗਦਾ ਨਾ ਇਹ ਜਿਹੜਾ ਹੁਣੇ ਫੜਿਆ ਸੀ ਇਹ ਕਹਿਣ ਓਕੇ ਬਾਹਰਲਾ ਬਣਾ ਲਓ ਜੇ ਗੱਲ ਕਰੀਏ ਤੇ ਇਸ ਸੀਜ਼ਨ ਦਾ ਕਲਾਸਿਕ ਆਰਟੀਕਲ ਵੇਖੀਏ ਨਾ ਤੇ ਆ ਚੀਜ਼ ਕਿਹੜੀ ਕਲਾਸ ਵਾਹ ਕੋਟ ਪੈਂਟ ਜਦੋਂ ਇਹਨੂੰ ਸਾਰਾ ਸ਼ੇਡ ਵਧੀਆ ਹੈ ਜੀ ਇਹਨਾਂ ਕੋਲ ਮਨਾ ਕੇ ਸਾਰਾ ਸ਼ੇਡ ਵੀ ਆ ਚੀਜ਼ ਵੀ ਕਿੰਨੀ ਕਰੀ ਕਲਰ ਵੀ ਸੋਹਣਾ ਲੱਗਦਾ ਇਹਨਾਂ ਦਾ ਇੱਥੇ ਲਾ ਕੇ ਕੀ ਵੇਖਣ ਦੇ ਆ ਮੈਨੂੰ ਲਾ ਕੇ ਲਾ ਦੇਣਾ ਆਹੋ ਇੱਥੇ ਕੀ ਲਾ ਕੇ ਵੇਣਾ ਨਹੀਂ ਨਹੀਂ ਕੋਟ ਪੈਂਟ ਸਿਲੈਕਟ ਕਰਨ ਤੋਂ ਬਾਅਦ ਕੁੜਤੇ ਪਜਾਮੇ ਚ ਆ ਗਿਆ ਕਲਰ ਕਲਰ ਕੰਬੀਨੇਸ਼ਨ ਫੋਟੇ ਨੇ ਪ੍ਰੀ ਵੈਡਿੰਗ ਲਈ ਵੀ ਦੋ ਕੁੜਤੇ ਪਜਾਮੇ ਚਾਹੀਦੇ ਉਹ ਯੈਸ ਫੋਟੇ ਸਹੀ ਦੱਸੀ ਕੁੜਤਾਵਾ ਸਹੀ ਦੱਸ ਲੱਗਾ ਆਜ ਨਾ ਜਾਈ ਸ਼ਰਮ ਤੇ ਨਹੀਂ ਆਉਂਦੀ ਤੈਨੂੰ ਮਾੜੇ ਦੱਸ ਆਪਦੇ ਮੂੰਹ ਵਰਗਾ ਗੱਲ ਕਰਤੀ ਉਹ ਦੱਸ ਕਿੱਡੇ ਲੈਵਲ ਦੀ ਗੱਲ ਕੀਤੀ ਤੂੰ ਉਹੀ ਤਾਂ ਗੱਲ ਆ ਬਾਈ ਵੀ ਗੱਲ ਸਹੀ ਆ ਓਹ ਬੜਾ ਲੇਟ ਵੀ ਆਓ ਤੇ ਕੋਈ ਚੱਕਰ ਨੀ ਮੇਰੇ ਕੋਲ ਹੋ ਗਿਆ ਜਰੂਰ ਜਾਇਓ
ਤੇ ਪਰ ਗੱਲ ਸੁਣ ਲਓ ਵੀ ਗੱਗੂ ਨੂੰ ਕੱਪੜੇ ਪਸੰਦ ਕਰਾਉਣੇ ਤੇ ਇੱਕ ਕੋਈ ਕੁੜੀ ਨੂੰ ਕੱਪੜੇ ਪਸੰਦ ਕਰਾਉਣੇ ਇੱਕ ਬਰਾਬਰ ਹੀ ਆ ਇਹਨੂੰ ਕੱਪੜੇ ਨਹੀਂ ਕੱਪੜੇ ਨਹੀਂ ਪਸੰਦ ਆਉਂਦੇ ਆਪਾਂ ਤਾਂ ਬਈ ਖੇਡਣ ਲੱਗੇ ਸਟਰੈਕੋ ਸਗੂਡੂਕੋ ਡੂਕੋ ਤੀਜੀ ਗੱਲ ਉਹ ਇਹ ਹੋਰ ਨਹੀਂ ਕੋਈ ਵਗਾਉਣਾ ਉਹ ਤੂੰ ਸਨੋਵਰਾ ਬਹਿ ਜਾ ਗੱਗੂ ਨੂੰ ਗੇੜੇ ਗੁੜੇ ਕੱਢਣ ਦੇ ਉਹਨੂੰ ਜੇ ਕੋਈ ਪਸੰਦ ਆ ਗਿਆ ਤੇ ਠੀਕ ਆ ਨਹੀਂ ਤੇ ਆਪਣੀ ਛੁੱਟੀ ਬੈਠਾ ਰਹਿ ਤੂੰ ਦੋ ਦਿਨ ਲਾਉਣੇ ਪੈਣੇ ਇੱਥੇ ਫਿਰ ਆਪਾਂ ਯੈਸ ਭਾਜੀ ਹਣਾਂ ਨੇ ਕਹੀਏ ਬੈੱਡ ਬੁੱਡ ਵਿਛਾ ਦੇਣ ਸਾਡੇ ਵਾਸਤੇ ਤੇ ਸੌਂ ਜੀ ਆਪਾਂ ਮੋਟੇ ਭਾਜੀ ਨਹੀਂ ਆ ਕਰੀਏ ਨੇ ਫੰਦ ਆਹੋ ਭਾਜੀ ਨਹੀਂ ਆ ਕਹਿੰਦੇ ਆ ਓਹ ਹੋ 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 ਓਹ ਹੋ ਮੈਂ ਕੀ ਕਮਾਂ ਇੱਥੇ ਹੁਣ ਭਾਜੀ ਨਾਲ ਮਨੀਸ਼ ਵੀਰੇ ਸਾਨੂੰ ਉੱਪਰ ਬੈੱਡ ਲਵਾ ਦਿਓ ਤੇ ਦੋ ਦਿਨ ਇਹਨੂੰ ਗੇੜੇ ਕਢਾਈ ਜਾਓ ਬਾਈ ਨੂੰ ਇੱਥੇ ਜੇ ਆ ਗਿਆ ਪਸੰਦ ਤੇ ਸਾਨੂੰ ਤੋਰ ਦਿਓ ਆਹੋ ਇਹਨੂੰ ਆ ਜੇ ਪਸੰਦ ਕੀ ਢਿੱਡ ਨਾ ਘੱਟ ਵੱਧ ਜਾਵੇ ਤੇਰਾ ਭਰਾਵਾ ਇੱਥੇ ਨਾ ਢਿੱਡ ਵੱਜ ਕੇ ਮੇਚਾ ਦੇ ਦੀ ਕਿਤੇ ਨਾ 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 ਬਾਈ ਬਾਹਰ ਨੂੰ ਆ ਜੇ ਢਿੱਡ ਛੱਡੇ ਦਾ ਦਰਜੀ ਤੇ ਡਾਕਟਰ ਅੱਗੇ ਕਾਦੀ ਚੋਰੀ ਬਈ ਕੀ ਦੇਖੇ ਦਰਜੀ ਤੇ ਡਾਕਟਰ ਤੂੰ ਗੱਲਾਂ ਕਿੱਥੋਂ ਸਿੱਖਦਾ ਆਹੋ ਕਾਦੀ ਚੋਰੀ ਜੋ ਐਸ ਭਾਈ ਨੂੰ ਆ ਲੈ ਤਾਂ ਮੇਰੇ ਤੋਂ ਕਿਹੜੀ ਗੱਲ ਆ ਐ ਤੂੰ ਸਿੱਖੀ ਆ ਵੇਲੋ ਚੰਦਰਮਾ ਦਾ ਭਰਾ ਮੇਚਾ ਮੂਚਾ ਚੱਲੀ ਜਾਂਦਾ ਬਾਕੀ ਹੁਣ ਹਫ਼ਤੇ ਨੂੰ ਆਣ ਕੇ ਪਤਾ ਲੱਗੂ ਕੀ ਬਣਦਾ ਚਨੋਵਰ ਹੋਣੇ ਰੌਲਾ ਬਸ ਆਹ ਹੀ ਕੰਮ ਬਸ ਹਲਦੀ ਵਾਲੇ ਦਿਨ ਓ ਮਾਈ ਗਾਡ ਤੇਰਾ ਭਲਾ ਜੇ ਬਾਕੀ ਰਸ਼ ਪਿਆ ਰਹਿੰਦਾ ਭਾਜੀ ਜੀ ਮੈਂ ਇੱਕ ਗੱਲ ਵੇਖੀ ਵਾਹ ਮਠਿਆਈ ਵਾਲਾ ਵੀ ਲੱਭ ਲਿਆ ਨਾ ਲੈਣਾ ਨੀ ਉਹਨਾਂ ਨੂੰ ਉਹ ਜੀ ਕੱਪੜੇ ਕਰਨਾ ਇਹ ਪਸੰਦ ਤੇ ਨਾਲ ਹੀ ਡੀਜੇ ਵਾਲਾ ਵੀ ਪਸੰਦ ਹੋ ਗਿਆ ਡੀਜੇ ਵਾਲੇ ਬਾਬੂ ਮਾਰਾ ਗਾਣਾ ਵਜਾ ਦੇ ਡੀਜੇ ਵਾਲਾ ਵੀ ਪਸੰਦ ਕਰਤਾ ਬੁੱਕ ਕਰਤਾ ਮਤਲਬ ਕਹਿੰਦਾ ਬਾਬ ਬੁੱਕ ਕਰਤਾ ਇਹ ਹੁੰਦਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦਿਓ ਹੈ ਗਾਣਾ ਤੇਰਾ ਵਜਾ ਦੇ ਯੈਸ ਗਾਣੇ ਵਜਾਉਣੇ ਤੁਸੀਂ ਬਸ ਤੈ ਬਾਤ ਨਹੀਂ ਹੁਣ ਠੀਕ ਆ ਡਨ ਹੋ ਗਿਆ ਕੰਮ ਬਹਿ ਜਾ ਬਹਿ ਜਾ ਅੱਖਾਂ ਤਾਂ ਵੈਸੇ ਹੀ ਬੰਦ ਹੋਈਆਂ ਪਈਆਂ ਐਨਕਾਂ ਲਾਈਏ ਬਣ ਗਈਆਂ ਪੈਸੇ ਤਾਂ ਬਹੁਤ ਪਾਏ ਦੇ ਫੋਨ ਚ ਚੱਜਦਾ ਕੋਈ ਵੀ ਨੀ ਗਾ ਕਿੱਡਾ ਬਸ਼ਰਮ ਹੋਇਆ ਤੂੰ ਸਨੈਪਚੈਟ ਤੇ ਮੈਂਸ਼ਨ ਕਰ ਕਰ ਆਈਡੀਆਂ ਪਾਈ ਜਾਂਦਾ ਆਪਦੀਆਂ ਤੂੰ ਆਪਣੀ ਆਈਡੀ ਆ ਸੰਧੂ ਹਣੀ ਬਾਈ ਸਨੈਪਚੈਟ ਤੇ ਹਾਂਜੀ ਐਂਡ ਤੇ ਆ ਗਿਆ ਫੋਨ ਆ ਗਿਆ ਇੱਕ ਤਾਂ ਮਾੜਾ ਜਿਹਾ ਉੱਚੀ ਬੋਲੋ ਦੁਬਾਰਾ ਉੱਚੀ ਬੋਲੋ ਫਾਈਨਲ ਤੇ ਸ਼ੋਪਿੰਗ ਹੋ ਗਈ ਸ਼ਾਹੀ ਸਾਰੀ ਡਨ ਤੇ ਸਾਰਾ ਕੁਝ ਪਸੰਦ ਕਰ ਲਿਆ ਹੁਣ ਇਹਨਾਂ ਨੇ ਬਿੱਲ ਵੀ ਵਾਹ ਵੱਡਾ ਸਾਰਾ ਦੇ ਦਿੱਤਾ ਵਾ ਸਾਨੂੰ ਚਲ ਕੋਈ ਗੱਲ ਨਹੀਂ ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਇਆ ਓ ਮਾਈ ਗੋਡ ਦਰਜੀ ਨੇ ਚੰਗਾ ਬਿੱਲ ਓ ਮਾਈ ਗੋਡ ਚਲੋ ਤੇ ਬਾਕੀ ਜੇ ਕਿਸੇ ਵੀਰ ਭਰਾ ਨੇ ਭਾਈ ਇਹਨਾਂ ਕੋਲ ਪਹੁੰਚਣਾ ਬਾਹਰ ਬੈਠੇ ਵੀਰ ਭਰਾ ਕਿਉਂਕਿ ਉਹਨਾਂ ਕੋਲ ਸ਼ੋਪਿੰਗ ਕਰਨ ਦਾ ਟਾਈਮ ਨਹੀਂ ਹੁੰਦਾ ਵਿਆਹਾਂ ਦਾ ਸੀਜ਼ਨ ਆ ਗਿਆ ਤੇ ਇਹਨਾਂ ਨੂੰ ਲਾਓ ਫੋਨ ਤੇ ਨੰਬਰ ਇਹਨਾਂ ਦਾ ਮੈਂਸ਼ਨ ਕਰਤਾ ਥੱਲੇ ਵੀਰ ਤੇ ਇਹਨਾਂ ਨੂੰ ਲਾਓ ਫੋਨ ਕਰੋ ਵੀਡੀਓ ਕਾਲ ਤੇ ਸਿਲੈਕਸ਼ਨ ਤੇ ਭਾਜੀ ਹੁਣੀ ਵਿਹਲੇ ਤੁਹਾਡੇ ਲਈ 24 ਘੰਟੇ ਆ ਜਦੋਂ ਮਰਜ਼ੀ ਲਾ ਦਿਓ ਫੋਨ ਜਦੋਂ ਮਰਜ਼ੀ ਫੋਨ ਲਾ ਦਿਓ ਉੱਠ ਕੇ ਆ ਜਾਣਗੇ ਤੁਹਾਡੇ ਲਈ ਆ ਜੀ ਭਾਜੀ ਦੱਸੋ ਕੀ ਯੈਸ ਟਰਾਈ ਕਰਕੇ ਵਿਖਾਵਾਂਗੇ ਤੁਹਾਨੂੰ ਕੀ ਕੀ ਚੀਜ਼ ਬਣਾਈ ਅਸੀਂ ਕੀ ਸਿਲੈਕਟ ਕੀਤਾ ਆ ਜਾ ਬੜਾ ਸੋਹਣਾ ਨਹੀਂ ਹੈਗਾ ਐਵੇਂ ਦਈਆਂ ਤੂੰ ਆ ਜਾ ਮੁੜਿਆ ਵਾਪਸ ਕੋਈ ਨਹੀਂ ਹੁੰਦਾ ਤੇ ਬਾਕੀ ਆ ਭਾਜੀ ਆਪਣੇ ਅੱਖਾਂ ਜਿਹਨਾਂ ਦੀਆਂ ਬੰਦ ਰਹਿੰਦੀਆਂ 24 ਘੰਟੇ ਭਾਜੀ ਡੀਜਿਆਂ 'ਤੇ ਅੱਖਾਂ ਖੁੱਲੀਆਂ ਰਹਿਣ ਹੁਣ ਮੈਂ ਤੁਹਾਨੂੰ ਦੱਸਤਾ ਯੈਸ ਲਓ ਜੀ ਵੀਰ ਸਪੋਕਨ ਇੰਗਲਿਸ਼ ਸਟੱਡੀ ਵੀਜ਼ਾ ਆਇਲਸ ਵਾਲਿਆਂ ਦੇ ਇੱਥੇ ਪਹੁੰਚ ਗਏ ਅਤੇ ਤੁਸੀਂ ਦੱਸਦੇ ਕੀ ਕੰਮ ਕਰਨਾ ਇੰਨੀ ਰਾਤ ਨੂੰ ਅਸੀਂ ਅਤੇ 8-10 ਵਜੇ ਇੱਥੇ ਆਏ ਅਤੇ 5 ਵਜੇ ਤੁਰੇ ਸੀ 5-4 ਘੰਟੇ ਡਰਾਈਵ ਤੋਂ ਹੋ ਜੀ ਜਿਹੜਾ ਤੁਹਾਨੂੰ ਕਹਿੰਦੇ ਨੇ ਬੜੇ ਟਾਈਮ ਤੋਂ ਪਿਛਲੇ ਵਲੌਗ 'ਚ ਮੈਸੇਜ ਆਉਂਦੇ ਮਾਤਾ ਦਾ ਵੀਜ਼ਾ ਕਿੱਥੋਂ ਆਇਆ ਹਰਜੀਤ ਕੌਰ ਹਰਜੀਤ ਕੌਰ ਦਾ ਇੱਥੇ ਆਸਟ੍ਰੇਲੀਆ ਦੇ ਟੂਰਿਸਟ ਵੀਜ਼ੇ ਪਏ ਤੇ ਕਿੰਨਾ ਨੇ ਲਵਾਇਆ ਆਪਣੇ ਵਿਖਾਓ ਵੀਰ ਜੀ ਨੇ ਆਪਣੇ ਅਤੇ ਇਹ ਆਹ ਸ਼ਾਹ ਹੁਣੇ ਬੈਠੇ ਵੀਰ ਆਇਲਸ ਬਾਕੀ ਤੁਸੀਂ ਸ਼ਾਹ ਹੀ ਦੱਸੋ ਪਹਿਲਾਂ ਐਡਰੈਸ ਦੱਸੋ ਕਿਹੜਾ ਆਪਣਾ ਪਹਿਲਾਂ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਅਸੀਂ ਤਾਂ ਕਹਿ ਕੇ ਆਏ ਬੜਾ ਭਾਰੀ ਚੱਲ ਤੁਹਾਡੀ ਤਾਂ ਬਣਦੀ ਸੀ ਮੈਂ ਵੀਰ ਉਹਨਾਂ ਦੀ ਵੀਡੀਓ ਰੋਜ਼ ਹੀ ਵੇਖਦਾ ਸੀ ਤੇ ਉਹਦੇ ਵਿੱਚ ਕਮੈਂਟ ਦੇ ਵਿੱਚ ਰੋਜ਼ ਹੀ ਪੜ੍ਹਦਾ ਪਿਆ ਸੀ ਤੇ ਮੈਂ ਵੀਰ ਨੂੰ ਬੜੀ ਦੇਰ ਦੀ ਰਿਕੁਐਸਟ ਕਰਦਾ ਪਿਆ ਕਿ ਸਾਰਿਆਂ ਨੂੰ ਦੱਸੋ ਕਿ ਵੀਜ਼ਾ ਲਵਾਇਆ ਕਿੱਥੋਂ ਆਪਾਂ ਇੰਨੀ ਮਿਹਨਤ ਕਰਦੇ ਰਹਿ ਗਏ ਤੇ ਕੋਈ ਨਾਮ ਹੀ ਨਹੀਂ ਦੱਸਦੇ ਪਏ ਨਹੀਂ ਨਹੀਂ ਆਪਾਂ ਦੱਸਦਾ ਬਿਲਕੁਲ ਬਿਲਕੁਲ ਸੋ ਜਿਹੜਾ ਪ੍ਰੋਸੀਜਰ ਸੀ ਜੋ ਵੀ ਸ਼ਾਹ ਨੇ ਸਾਰਾ ਕੁਝ ਕੀਤਾ ਬੈਂਕ ਸਟੇਟਮੈਂਟ ਜੋ ਵੀ ਕੁਝ ਬਣਾਉਣਾ ਇਹਨਾਂ ਆਪਾਂ ਕੁਝ ਨਹੀਂ ਕੀਤਾ ਆਪਾਂ ਕੱਲਾ ਵੀਜ਼ਾ ਪ੍ਰਾਪਤ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਾੜੇ ਮੋਟੇ ਜਿਹੜੇ ਅਸੀਂ ਪੈਸੇ ਦੇਣੇ ਦੇ ਦਿੱਤੇ ਆ ਸਾਰਾ ਵੀਡੀਓ ਦੇ ਵਿੱਚ ਬੱਚਿਆਂ ਨੂੰ ਦੱਸ ਵੀ ਦਿਓ ਕਿਉਂਕਿ ਸਾਨੂੰ ਵੀ ਬੜੇ ਜਣੇ ਦੇ ਮੈਸੇਜ ਆਉਂਦੇ ਜਦੋਂ ਤੁਸੀਂ ਪਹਿਲਾਂ ਵੀ ਆਪਣਾ ਬੱਚਿਆਂ ਨੂੰ ਦੱਸਿਆ ਸੀ ਸਾਡੇ ਬਾਰੇ
ਤੇ ਉਹਨਾਂ ਦੇ ਉਦੋਂ ਵੀ ਮੈਸੇਜ ਆਉਂਦੇ ਕਿ ਆਸਟ੍ਰੇਲੀਆ ਟੂਰਿਸਟ ਵੀਜ਼ਾ ਲੱਗਦਾ ਕਿੱਦਾਂ ਵਾ ਜਾਂ ਆਪਣੀ ਸਾਡੀ ਉਮਰ ਛੋਟੀ ਆ ਛੋਟੀ ਉਮਰ ਵਾਲੇ ਦਾ ਲੱਗ ਜੂਗਾ ਕਿ ਨਹੀਂ ਲੱਗੂਗਾ ਲੱਗਣਾ ਲੱਗਣਾ ਤੇ ਬਾਕੀ ਉਹਨਾਂ ਨੂੰ ਤੁਸੀਂ ਸਹੀ ਗਾਈਡਲਾਈਨ ਹੋਣ ਨਾ ਫੇਰ ਲੱਗਣੀ ਆ ਨਾ ਬਿਲਕੁਲ ਬਿਲਕੁਲ ਜੀ ਆ ਸਰ ਦੇਖ ਲਓ ਕਿ ਆਹ ਆਪਣਾ 28 ਸਾਲ ਉਮਰ ਆ ਵੀਰ ਦੀ ਸਿਮਰਜੀਤ ਸ਼ਾਇਦ ਮੁੰਡੇ ਦਾ ਨਾਮ ਰਮਨਦੀਪ ਸਿੰਘ 98 ਮੈਂ ਤੁਹਾਨੂੰ ਆਹ ਦਿਖਾ ਦੇਣਾ ਕਿੱਥੇ ਗਿਆ ਆ ਜੀ ਨੀਚੇ ਨਹੀਂ ਆ ਰਿਹਾ 98 ਆ 9 ਮਾਰਚ 98 ਤੇ ਆ ਇਹਦਾ ਵੀਜ਼ਾ ਟੂਰਿਸਟ ਆਇਆ ਹੋਇਆ ਆਉਂਦੇ ਆ ਨਿੱਕੀ ਉਮਰ ਪਈਆਂ ਨੇ ਜ਼ਿੰਮੇਵਾਰੀਆਂ ਉਹ ਸਾਰਾ ਕੁਝ ਇਹਨਾਂ ਨੇ ਆਪੇ ਕਰਾ ਦੇਣਾ ਤੁਸੀਂ ਉਹ ਟੈਨਸ਼ਨ ਨਹੀਂ ਲੈਣੀ ਉਹ ਇਹਨਾਂ ਦੀ ਜ਼ਿੰਮੇਵਾਰੀ ਜੇ ਤੁਹਾਡੀ ਪ੍ਰੋਫਾਈਲ ਸਟਰੋਂਗ ਹੋਈ ਨਾ ਉਹ ਇਹਨਾਂ ਨੇ ਆਪੇ ਸਾਂਭ ਲੈਣੀ ਆ ਜਿਹੜੀ ਆਪਣੀ ਟੂਰਿਸਟ ਵੀਜ਼ੇ ਦੀ ਗੱਲ ਹੈਗੀ ਹੈ ਤੁਹਾਨੂੰ ਵੀ ਪਤਾ ਕਿ ਅੱਜ ਕੱਲ ਬੱਚਿਆਂ ਦੇ ਬੈਂਡ ਨਹੀਂ ਆਉਂਦੇ ਜਾਂ ਫਿਰ ਉਹਨਾਂ ਦਾ ਗੈਪ ਹੁੰਦਾ ਵਾ ਤੇ ਪੜ੍ਹੇ ਲਿਖੇ ਜਾ ਰਹੇ ਅੱਜ ਕੱਲ ਜਵਾਕ ਮੇਰੇ ਅੱਗੇ ਸੋ ਉਹਦੇ ਆ ਪ੍ਰੋਬਲਮ ਆਉਂਦੀਆਂ ਉਹਨਾਂ ਕੋਲ ਤਰੀਕਾ ਹੀ ਨਹੀਂ ਉਹਨਾਂ ਨੂੰ ਸਮਝ ਨਹੀਂ ਆਈ ਕਿ ਲਾਈਏ ਕਿਹੜਾ ਤੇ ਆਪਾਂ ਉਹਨਾਂ ਨੂੰ ਦੱਸਾਂਗੇ ਕਿ ਸਿਰਫ ਸਟੱਡੀ ਵੀਜ਼ਾ ਹੀ ਨਹੀਂ ਆਪਣੇ ਕੋਲ ਟੂਰਿਸਟ ਵੀਜ਼ਾ ਵੀ ਆ ਕਿਉਂਕਿ ਅੱਗੇ ਅੱਗੇ ਹੁਣ ਕ੍ਰਿਸਮਸ ਆਉਂਦੀ ਪਈ ਆ ਨਿਊ ਇਅਰ ਆਉਂਦਾ ਪਿਆ ਵਾ ਉਹਦੇ ਕਾਫੀ ਬਹਾਨੇ ਲੱਭਣੇ ਆ ਤੁਹਾਨੂੰ ਬਾਹਰ ਜਾਣ ਲਈ ਤੁਸੀਂ ਬਸ ਇੱਕ ਵਾਰੀ ਹੱਥ ਫੜਾਓ ਇਹਨਾਂ ਨੇ ਭੇਜ ਦੇਣਾ ਤੁਹਾਨੂੰ ਜਿਹਦੀ ਪ੍ਰੋਫਾਈਲ ਵਧੀਆ ਵਾ ਉਹ ਆ ਕੇ ਇੱਥੇ ਆਪਣਾ ਸਟੱਡੀ ਵੀਜ਼ਾ ਕੈਨੇਡਾ ਯੂਕੇ ਆਸਟ੍ਰੇਲੀਆ ਕਿਸੇ ਵੀ ਹਾਂ ਬਾਕੀ ਸਾਰਿਆਂ ਦੀ ਵੀ ਡੀਲ ਕਰਦੇ ਮੰਨ ਲਓ ਕਿ ਹਰ ਇੱਕ ਕੰਟਰੀ ਦੀ ਡੀਲ ਕਰਦੇ ਜਿੱਦਾਂ ਤੁਸੀਂ ਸਟੱਡੀ ਲਾਉਣਾ ਕੋਈ ਰਿਫਿਊਜ਼ਲ ਦੇ ਪ੍ਰੋਬਲਮ ਆਈਆਂ ਨਾ ਉਹ ਜੇ ਕੋਈ ਆਈਆਂ ਨਹੀਂ ਲੱਗ ਰਿਹਾ ਤੇ ਇੱਕ ਵਾਰੀ ਦਿਲ ਨਾ ਛੱਡੋ ਤੇ ਇਹਨਾਂ ਕੋਲ ਇਹਨਾਂ ਦੇ ਬਟਾਲੇ ਸ਼ਹਿਰ ਦੇ ਵਿੱਚ ਆਪਣੇ ਕੋਲ 20 ਇਮੀਗ੍ਰੇਸ਼ਨ ਆਪਣੇ ਦੋ ਆਫਿਸ ਇੱਥੇ ਬਟਾਲੇ ਸ਼ਹਿਰ ਦੇ ਵਿੱਚ ਤੇ ਇੱਕ ਕਾਦੀਆਂ ਸ਼ਹਿਰ ਦੇ ਵਿੱਚ ਆ ਜਿਹੜਾ ਨੰਬਰ ਆ 80,662 ਤੇ ਔਰ ਬਾਕੀ ਜਿੰਨੇ ਵੀ ਨੰਬਰ ਹੈਗੇ ਆਪਾਂ ਤੁਹਾਨੂੰ ਸਕਰੀਨ ਦੇ ਉੱਪਰ ਇਹਨਾਂ ਦੀ ਵੀਡੀਓ ਦੇ ਵਿੱਚ ਹੀ ਦੇ ਦਵਾਂਗੇ ਸੋ ਬਾਕੀ ਇਹ ਦੱਸੋ ਕਾਲਿੰਗ ਟਾਈਮ ਕਿੰਨੇ ਵਜੇ ਦਾ ਕਿੰਨੇ ਤੋਂ ਕਿੰਨੇ ਕਰਨ ਕਈ ਵਿਚਾਰੇ ਬਾਹਰਲੇ ਵੇਖਣਗੇ ਉਹਨਾਂ ਨੇ ਉਸ ਟਾਈਮ ਕਰ ਲੈਣਾ ਕਈਆਂ ਨੂੰ ਟਾਈਮ ਜੋ ਉਹਦਾ ਫਰਕ ਪੈਂਦਾ ਆਪਾਂ ਨੰਬਰ ਤੁਹਾਨੂੰ ਦੱਸਾਂਗੇ ਜਿੱਦਾਂ ਆਪਣੇ ਆ ਨੰਬਰ ਤੁਹਾਨੂੰ ਮੈਂ ਦੱਸਿਆ ਹੋਇਆ ਬਾਕੀ ਹੋਰ ਵੀ ਆਪਣੇ ਨੰਬਰ ਹੈਗੇ ਆ ਉਹ ਵੀ ਤੁਹਾਨੂੰ ਫਲੈਸ਼ ਕਰ ਦਾਂਗੇ ਉਹਦੇ ਉੱਪਰ ਤੁਸੀਂ ਵਟਸਐਪ ਦੇ ਉੱਪਰ ਜਦੋਂ ਮਰਜ਼ੀ ਸਾਨੂੰ ਮੈਸੇਜ ਕਰਕੇ ਤੇ ਅਪਡੇਟ ਲੈ ਸਕਦੇ ਹੋ ਅਗਰ ਤੁਸੀਂ ਪੰਜਾਬ ਤੋਂ ਦੂਰੋਂ ਤੁਸੀਂ ਆਪਣੇ ਜਿਹੜਾ ਟਾਈਮ ਦੇ ਅਕੋਰਡਿੰਗ ਤੁਸੀਂ ਸਵੇਰੇ ਸ਼ਾਮ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਵੈਸੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਬਾਕੀ ਤੁਸੀਂ ਸਾਨੂੰ ਮੈਸੇਜ ਦੇ ਰਾਹੀਂ ਆਪਣੀ ਡਿਟੇਲ ਲੈ ਸਕਦੇ ਹੋ ਵਟਸਐਪ ਦੇ ਉੱਪਰ ਹੀ ਡਾਲ ਹਾਂਜੀ ਤੇ ਬਾਕੀ ਤੁਹਾਡੀ ਤਸੱਲੀ ਕਰਾਤੀ ਇਹਨਾਂ ਨੇ ਵੀਜ਼ਾ ਲਵਾ ਕੇ ਦਿੱਤਾ ਸੀ ਆਹ ਵੀਜ਼ੇ ਪੈ ਤੇ ਸਾਡੇ ਵਾਲਾ ਤਾਂ ਤੁਸੀਂ ਵੇਖ ਹੀ ਲਿਆ ਸੀ ਪਿਛਲੇ ਵਲੌਗ ਦੇ ਵਿੱਚ ਹਰਜੀਤ ਕੌਰ ਦਾ ਵੀਜ਼ਾ ਯਾਨੀ ਕਿ ਸਾਡੀ ਮੰਮੀ ਦਾ ਤੇ ਕੰਮ 100% ਜੈਨੂਅਨ ਕੀ ਕਹਿੰਦੇ ਜੈਨੂਅਨ ਕਿਉਂਕਿ ਬੰਦਾ ਜੈਨੂਅਨ ਹੋਣੇ ਚਾਹੀਦਾ ਅੱਜ ਕੱਲ੍ਹ ਫਰੋਡ ਬਹੁਤ ਚੱਲਦੇ ਆ ਬੰਦਾ ਤੁਹਾਡੇ ਸਾਹਮਣੇ ਬੈਠਾ ਬਿਲਕੁਲ ਤੇ ਪੱਕੀ ਥਾਂ ਦੇ ਵਿੱਚ ਬੈਠਾ ਇਸੇ ਥਾਂ ਦਾ ਬੰਦਾ ਕੋਈ ਚੱਕਰ ਨਹੀਂ ਕੋਈ ਧੋਖੇ ਧੜੀ ਵਾਲਾ ਕੰਮ ਨਹੀਂ ਉਹ ਵੀ ਆ ਜੇ ਇੱਕ ਵਾਰ ਇੱਥੇ ਆਪਣੇ ਸਕੂਲ ਦੇ ਵਿੱਚ ਇਹ ਸੱਚ ਇਹਨਾਂ ਦਾ ਇੱਕ ਆਇਲਸ ਸਕੂਲ ਵੀ ਹੈਗਾ ਸਕੂਲ ਵੀ ਆ ਜਿਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆਪੇ ਇਹਨਾਂ ਨੇ ਤੁਹਾਡਾ ਹੱਲ ਕਰ ਦੇਣਾ ਸਾਰਾ ਬਿਲਕੁਲ ਬਿਲਕੁਲ ਬਾਕੀ ਕੋਈ ਗੱਲ ਨਹੀਂ ਜਿਹੜਾ ਵੀ ਬੱਚਾ ਟੂਰਿਸਟ ਵੀਜ਼ਾ ਦੇ ਉੱਪਰ ਜਾਂ ਸਟੱਡੀ ਵੀਜ਼ਾ ਦੇ ਉੱਪਰ ਜਾਣਾ ਚਾਹੁੰਦਾ ਜਾਂ ਬੈਂਡ ਨਹੀਂ ਹੁੰਦੇ ਪਏ ਜ਼ਰੂਰ ਇੱਕ ਵਾਰ ਬੀਰ ਇਮੀਗ੍ਰੇਸ਼ਨ ਬਟਾਲਾ ਸ਼ਹਿਰ ਦੇ ਵਿੱਚ ਆਓ ਜਾਂ ਫਿਰ ਵੀਰ ਨੂੰ ਕਾਲ ਕਰ ਲਓ ਜਿਹੜੇ ਜਿਹੜੇ ਵੀਰ ਨੂੰ ਜਾਣਦੇ ਉਹਨਾਂ ਨੇ ਨਾ ਮੈਨੂੰ ਕੋਈ ਨਹੀਂ ਜਾਣਦਾ ਨਾ ਕੋਈ ਨਹੀਂ ਜਾਣਦਾ ਮੇਰਾ ਤਾਂ ਨੰਬਰ ਹੀ ਨਹੀਂ ਵਿਚਾਰਾਂ ਗਿਆ ਕਹਿੰਦੇ ਤੁਸੀਂ ਇੰਸਟਾ ਆਈ ਡੀ ਦੱਸੋ ਇੰਸਟਾ ਆਈ ਡੀ ਆਪਣੀ ਹੈਗੀ ਆ ਬੀਰ ਇਮੀਗ੍ਰੇਸ਼ਨ ਦੇ ਨਾਮ ਤੋਂ ਇੰਸਟਾਗ੍ਰਾਮ ਦੇ ਉੱਪਰ ਬੀਰ ਇਮੀਗ੍ਰੇਸ਼ਨ ਤੇ ਕੋਈ ਸਨੈਪਚੈਟ ਅਕਾਊਂਟ ਜਾਂ ਕੋਈ ਹੈਂਡਲ ਕੁਛ ਜਾਂ ਫੇਸਬੁੱਕ ਹੈਂਡਲ ਕੋਈ ਹੋਵੇ ਆਪਣਾ ਤੁਸੀਂ ਫੇਸਬੁੱਕ ਔਰ ਆਪਣੇ ਇੰਸਟਾਗ੍ਰਾਮ ਦੇ ਉੱਪਰ ਬੀਰ ਲੈਂਗੁਏਜ ਸਕੂਲ ਬੀਰ ਸਲੈਸ਼ ਲੈਂਗੁਏਜ ਸਲੈਸ਼ ਸਕੂਲ ਦੇ ਨਾਮ ਤੋਂ ਤੁਸੀਂ ਕਰ ਲਓਗੇ ਬਾਕੀ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਸਾਰਾ ਦੱਸ ਬਾਕੀ ਕੁੱਲ ਮਿਲਾ ਕੇ ਮੈਂ ਤੁਹਾਨੂੰ ਗੱਲ ਦੱਸਦਾ ਸਾਰੀ ਤੁਸੀਂ ਜਦੋਂ ਇੱਥੇ ਆਣ ਕੇ ਵਿਜ਼ਿਟ ਕਰੋਗੇ ਨਾ ਤੁਹਾਡੇ ਮਨ ਦੀਆਂ ਤਸੱਲੀਆਂ ਉਦੋਂ ਹੀ ਨਿਕਲਣਗੀਆਂ ਜਿਹੜੀ ਜਿਹੜੀ ਇੱਥੇ ਡਾਊਟ ਕਲੀਅਰ ਕਰ ਸਕਦੇ ਹੋ ਸੋ ਸ਼ਾਹ ਜੀ ਥੈਂਕ ਯੂ ਟਾਈਮ ਕੱਢਣ ਦੇ ਲਈ ਬਾਕੀ ਰੋਟੀ ਰੂਟੀ ਖਾਈਏ ਕਿੱਥੇ ਆ ਰੋਟੀ ਕਿੱਥੇ ਗਈ ਓ ਮਾਈ ਗਾਡ ਓ ਪਿੱਛੇ ਪਈਆਂ ਸੋ ਰੋਟੀ ਰੋਟੀ ਖਾਣ ਦੀ ਤਿਆਰੀ ਅਸੀਂ ਤੁਹਾਡੀ ਵੇਟ ਕਰਦੇ ਜੀ ਸਾਰਿਆਂ ਦਾ ਫਾਇਦਾ ਹੋ ਸਕੇ ਸ਼ਾਹ ਜੀ ਥੈਂਕ ਯੂ ਓਕੇ ਸਰ ਧੰਨਵਾਦ ਜੀ ਲਵ ਯੂ ਟੂ ਤੇ ਲਓ ਵੀਰ ਜਿੱਦਾਂ ਕਿ ਪਿਛਲੀਆਂ ਵੀਡੀਓ ਤੁਸੀਂ ਵੇਖ ਲਿਆ ਭਰਾ ਹੋਣਾਂ ਨੂੰ ਵੀ ਮਿਲ ਲਿਆ ਤੁਸੀਂ ਤੇ ਆਪਣੇ ਜਿੱਥੋਂ ਆਪਾਂ ਕੱਪੜੇ ਕਰਾਏ ਉੱਥੋਂ ਵੀ ਮਿਲ ਲਿਆ ਅਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਸ਼ਾਹ ਜੀ ਹੈ ਨਾ ਅਤੇ ਚਲੋ ਆਪਣਾ ਤਾਂ ਨੋ ਡਾਊਟ ਆ ਵਧੀਆ ਕੰਮ ਕੀਤਾ ਬਾਈ ਉਹਨਾਂ ਨੇ ਅਤੇ ਤੁਸੀਂ ਬਈ ਗਾਂਹ ਵਾਸਤੇ ਵੀ ਆਪ ਵੀ ਜੇ ਕੰਮ ਕਰਾਓ ਪਹਿਲਾਂ ਆਪ ਚੰਗੀ ਤਰ੍ਹਾਂ ਪੁੱਛੋ ਉਹਨਾਂ ਨੂੰ ਪੁਸ਼ਟੀ ਕਰੋ ਉਹਨਾਂ ਤੋਂ ਚੰਗੀ ਤਰ੍ਹਾਂ ਆਪਦੇ ਕਲੀਅਰੈਂਸ ਕਰਕੇ ਫਿਰ ਉਹਨਾਂ ਨਾਲ ਕੋਈ ਗੱਲ ਅੱਗੇ ਬਾਈ ਕਾਰਵਾਈ ਤੋਂ ਠੀਕ ਨੇ ਜਿੱਥੇ ਤੁਹਾਨੂੰ ਯਕੀਨ ਹੋ ਜਾਂਦਾ ਕਿ ਹਾਂ ਵੀ ਠੀਕ ਆ ਵੀ ਸਾਡਾ 100% ਕੰਮ ਜੈਨੂਅਨ ਹੋਊਗਾ ਉਹਨਾਂ ਇੱਥੇ ਸਹੀ ਹੋਊਗਾ ਫਿਰ ਕੰਮ ਕਰਾਓ ਅਤੇ ਬਾਕੀ ਹਰਜੀਤ ਕੌਰ ਜੀ ਸਾਰਾ ਦਿਨ ਸੁੱਤੇ ਰਹਿੰਦੇ ਸਾਰਾ ਦਿਨ ਇਹਨਾਂ ਕੋਈ ਕੰਮ ਨਹੀਂ ਤੈਨੂੰ ਪਤਾ ਕੱਲ੍ਹ ਅਸੀਂ ਕਿੰਨਾ ਤੁਰ ਫਿਰ ਕੇ ਆਏ ਹਾਂ ਲਿੱਸੇ ਨਹੀਂ ਹੋਏ ਤੇ ਅਸੀਂ ਕੱਪੜੇ ਕਰਾ ਕੇ ਆਏ ਸ਼ੋਪਿੰਗ ਕਰਕੇ ਆਏ ਆਪਦੀ ਤੇਰੀ ਵੀ ਹੋ ਹੀ ਜਾਣੀ ਸ਼ੋਪਿੰਗ ਤੇਰੀ ਕਿਹੜਾ ਹੋਣੀ ਨੀ ਸ਼ੋਪਿੰਗ ਕਿੰਨਾ ਤੁਰ ਫਿਰ ਕੇ ਆਏ ਤੈਨੂੰ ਪਤਾ ਅਸੀਂ ਸੈਣੀ ਵਾਲੇ ਬਾਰਡਰ ਤੋਂ ਦੂਜੇ ਟਾਰੀ ਬਾਰਡਰ ਤੱਕ ਜਾ ਕੇ ਆਏ ਹਾਂ
चलो यार इतने चीक झाड़ा चलते रहना सारी उम्र का रंडी रोना है तो तुम चैनल में लाइक करो कमेंट करो शेयर करो थैंक यू लव यू सब्सक्राइब भी कर लियो यस yes.